ਸਾਨੂੰ ਬਹੁਤ ਅਫਸੋਸ ਆਈ। ਬਹੁਤ ਦੇਰ ਤੋਂ ਆਉਂਦੇ ਸੀ ਵੀ ਦੀਪ ਸਿੱਧੂ ਤੂੰ ਬਚ ਜਾ ਬਚ ਜਾ। ਬਹੁਤ ਜ਼ਿਆਦਾ ਕੌਮ ਦਾ ਹੀਰਾ ਸੀਗਾ ਸਾਡੇ ਭਾਦਾ, ਲੋਕਾਂ ਭਾਦਾ ਗਰਦਾਰ ਸੀਗਾ ਜੀ। ਸਾਡੇ ਭਾਦਾ ਤਾਂ ਅੱਜ ਦੇ ਸੁਣਨਾ ਹੋ ਗਿਆ ਜੀ। ਇੱਥੇ ਛੋਟੀ ਉਮਰ 'ਚ 5 ਸਾਲ ਦੇ ਹੋਣੇ ਮੈਨੂੰ ਲੱਗਦਾ ਜਦੋਂ ਇੱਥੋਂ ਉਹ ਗਿੱਦੜਵਾਹਾ ਚਲੇ ਗਏ ਸੀ। ਉੱਥੋਂ ਫਿਰ ਉਹ ਬਠਿੰਡੇ ਲੁਧਿਆਣੇ ਗਾਂ, ਫਿਰ ਤੁਹਾਨੂੰ ਪਤਾ ਹੀ ਆ ਵੀ ਉਹਨੇ ਮੁੰਡੇ ਨੇ ਬਹੁਤ ਤਰੱਕੀ ਕੀਤੀ ਆ। ਮੈਂ ਕਿਹਾ ਇਹ ਤਾਂ ਝੂਠੀਆਂ ਖਬਰਾਂ ਐਵੇਂ ਫੈਲਾਈ ਜਾਂਦੇ ਆ। ਅਸਲ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਇਹ ਵੀ ਡਿਸਕਸ ਕੀਤੀ, ਮੈਂ ਜਿਹੜੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਫੈਲਾਉਂਦੇ ਆ ਨਾ, ਉਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਵੀ ਉਹ ਦੁਬਾਰਾ ਕੋਈ ਇਹੋ ਜਿਹਾ ਕੰਮ ਨਾ ਕਰਨ। ਪਰ ਇਹ ਖਬਰ ਤਾਂ ਝੂਠੀ ਨਿਕਲੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਸ਼ਬਦ ਚੈਨਲ ਦੇ ਨਾਲ ਅਤੇ ਮੈਂ ਹਾਂ ਰੇਨੂੰ। ਅਸੀਂ ਅੱਜ ਖੜ੍ਹੇ ਹਾਂ ਸ਼ਹਿਰ ਮੁਕਤਸਰ, ਪਿੰਡ ਉਦੇਕਰ, ਜੋ ਕਿ ਦੀਪ ਸਿੱਧੂ ਦਾ ਜਿੱਦੀ ਪਿੰਡ ਆ, ਜੋ ਕਿ ਬੀਤੀ ਰਾਤ ਦੇ ਵਿੱਚ ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ। ਅਤੇ ਅੱਜ ਅਸੀਂ ਉਹਨਾਂ ਦੇ ਪਿੰਡ ਵਿੱਚ ਖੜ੍ਹੇ ਹਾਂ, ਉਹਨਾਂ ਦੇ ਘਰ ਦੇ ਵਿੱਚ ਖੜ੍ਹੇ ਹਾਂ। ਅੱਜ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਿੰਡ ਦੇ ਨਾਲ, ਪੁੱਛਦੇ ਹਾਂ ਉਹਨਾਂ ਨੂੰ ਕਿੰਨਾ ਕੁ ਅਫਸੋਸ ਆ। ਸਤਿ ਸ਼੍ਰੀ ਅਕਾਲ ਜੀ, ਇਹ ਦੀਪ ਸਿੱਧੂ ਦਾ ਜੱਦੀ ਪਿੰਡ ਆ ਜੀ। ਤੁਸੀਂ ਕੀ ਲੱਗਦੇ ਜੀ ਉਹਨਾਂ ਦੀ ਭੱਜਾਈ? ਸਾਨੂੰ ਬਹੁਤ ਅਫਸੋਸ ਆਈ। ਬਹੁਤ ਦੇਰ ਤੋਂ ਆਉਂਦੇ ਸੀ ਵੀ ਦੀਪ ਸਿੱਧੂ ਤੂੰ ਬਚ ਜਾ ਬਚ ਜਾ। ਬਹੁਤ ਜ਼ਿਆਦਾ ਕੌਮ ਦਾ ਹੀਰਾ ਸੀਗਾ ਸਾਡੇ ਭਾਦਾ, ਲੋਕਾਂ ਭਾਦਾ ਗਰਦਾਰ ਸੀਗਾ ਜੀ। ਸਾਡੇ ਭਾਦਾ ਤਾਂ ਅੱਜ ਦੇ ਸੁਣਨਾ ਹੋ ਗਿਆ ਜੀ। ਬਚਪਨ ਕਿੱਥੇ ਹੋਏ ਜੀ ਉਹਨਾਂ? ਬਚਪਨ ਗਿੱਦੜਵੇ ਦਾ ਜਨਮ ਸੀ ਉਹਨਾਂ ਦਾ ਜੀ। ਛੋਟੀ ਉਮਰ 'ਚ 5 ਸਾਲਾਂ ਦੇ ਇੱਥੋਂ ਚਲੇ ਗਏ ਸੀ ਲੁਧਿਆਣੇ। ਲੁਧਿਆਣੇ ਉਹਨੇ ਉੱਥੇ ਦੂਜਾ ਪੜ੍ਹੇ ਲਿਖੇ ਆ, ਮੁੜ ਕੇ ਬੰਬੇ ਚਲੇ ਗਏ ਆ ਜੀ। ਉੱਥੇ ਬੰਬੇ ਰਹੇ ਆ ਬਹੁਤ ਟਾਈਮ। ਉੱਥੋਂ ਮੁੜ ਕੇ ਫਿਲਮਾਂ ਦੇ ਆਪਦਾ ਵਿੱਚ ਚੱਲਦਾ ਰਿਹਾ ਉਹਨਾਂ ਦਾ ਪ੍ਰੋਗਰਾਮ ਜੀ। ਉਦੋਂ ਬਾਅਦ ਦੇ ਵਿੱਚ ਆਪਣਾ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਆ ਜੀ। ਜਦੋਂ ਝੰਡਾ ਚਲਾਇਆ ਉਦੋਂ ਬਾਅਦ ਦੇ ਵਿੱਚ ਆਪਣਾ ਇਹ ਕੰਮ ਜ਼ਿਆਦਾ ਵੱਧਦਾ ਜੀ, ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਜੀ। ਅਤੇ ਉਦੋਂ ਬਾਅਦ ਦੇ ਵਿੱਚ ਹੁਣ ਰਾਤ ਉਹਨਾਂ ਦੀ ਬੀਤੀ ਰਾਤ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਕੇ ਕਿਸੇ ਨੇ ਜ਼ਬਰਦਸਤੀ ਉਹਦੇ ਟਾਕਰਾ ਕਰਕੇ ਉਹਦੇ ਨਾਲ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਕੀਤੀ ਹੈ ਜੀ। ਫੋਨ ਆਏ ਸੀਗੇ ਬਠਿੰਡੇ ਤੋਂ ਹੀ, 9:30 ਪਤਾ ਲੱਗਿਆ ਉਹਨਾਂ ਦਾ ਇਹ ਪੂਰੇ ਹੋ ਗਏ ਆ। ਇੱਧਰ ਦਿੱਲੀ ਵੱਲੋਂ ਚਾਲੇ ਪਾ ਰਹੇ ਸੀ ਪੰਜਾਬ ਵਾਲੇ, ਅਤੇ ਆਉਂਦਿਆਂ ਦੇ ਰਸਤੇ ਦੇ ਵਿੱਚ ਵੱਡੇ ਟਰਾਲੇ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਜੀ। ਸਾਡੇ ਨਾਲ ਹੀ ਜਦੋਂ ਝੰਡਾ ਚਲਾ ਕੇ ਆਏ ਆਏ ਲਾਲ ਕਿਲੇ 'ਤੇ, ਉਦੋਂ ਬਾਅਦ ਦੇ ਵਿੱਚ ਉਹ ਜੋ ਜੇਲ੍ਹ ਦੇ ਵਿੱਚ ਬਾਹਰ ਆਏ ਆਈ, ਉਦੋਂ ਸਾਡੇ ਕੋਲ ਆਏ ਆਣ ਕੇ ਅਤੇ ਸਾਡੇ ਨਾਲ ਫੋਟੋ ਕਰਵਾਈਆਂ, ਮਿਸਤਰੀਆਂ ਨਾਲ ਦਿਹਾੜੀਆਂ ਨਾਲ ਕਰਵਾ ਕੇ ਫੋਟੋ, ਅਤੇ ਜਾਂਦੇ ਜਾਂਦੇ ਸਾਰੇ ਕੋਈ ਨਹੀਂ ਗੁੜੀਆ ਦੇ ਅਸੀਂ ਵਿਆਹ 'ਤੇ ਆਵਾਂਗੇ ਇਸ ਤਰ੍ਹਾਂ ਕਰਕੇ ਹੱਸਦੇ ਹੱਸਦੇ ਸਾਰੇ ਪਿੰਡ ਦੇ ਵਿੱਚ ਗੇੜਾ ਕੱਢ ਕੇ ਗਏ ਆ। ਬਹੁਤ ਪਿੰਡਾਂ ਦੇ ਵਿੱਚ ਹੁੰਦੇ ਹੋਏ ਲੁਧਿਆਣੇ ਨੂੰ ਉੱਪੜੇ ਸੀਗੇ। ਉਦੋਂ ਬਾਅਦ ਦੇ ਵਿੱਚ ਵੀ ਆ ਸਿਲੈਕਸ਼ਨਾਂ ਦੇ ਵਿੱਚ ਖੜ੍ਹੇ ਹੋ ਗਏ ਕਿਸਾਨ, ਕਿਸਾਨਾਂ ਦੇ ਨਾਲ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੁੰਦੇ ਹੁੰਦੇ, ਅਤੇ ਉਦੋਂ ਬਾਅਦ ਦੇ ਵਿੱਚ ਹੀ ਕੋਈ ਇਸ ਤਰ੍ਹਾਂ ਦਾ ਭਾਣਾ ਬੀਤਿਆ ਜੀ। ਚੰਡੀ ਦਿੱਲੀ ਤੋਂ ਆਉਂਦਿਆਂ ਆਉਂਦਿਆਂ ਉਹਨਾਂ ਨੂੰ ਕਿਸੇ ਨੇ ਬਸ ਇਸ ਤਰ੍ਹਾਂ ਕਰਕੇ ਜ਼ਬਰਦਸਤੀ ਕੀਤੀ ਅਤੇ ਉਹਨਾਂ ਦਾ ਦੇਹਾਂਤ ਕਰਤਾ ਜੀ। ਨਹੀਂ ਜੀ, ਕੁਛ ਨਹੀਂ ਸੀ ਖਾਂਦੇ ਪੀਂਦੇ ਜੀ, ਉਹ ਆਪਦਾ ਹੀ ਰੱਖਦੇ ਸੀ ਸਮਾਨ, ਗੱਡੀ ਦੇ ਵਿੱਚ ਪਾਣੀ ਰੱਖਦੇ ਸੀਗੇ, ਖਾਣਾ ਪੀਣਾ ਉਹਨਾਂ ਨੇ ਘਰ ਜਾ ਕੇ ਹੁੰਦਾ ਸੀਗਾ ਜੀ। ਨਹੀਂ ਜੀ, ਜੇ ਉਹ ਖੜ੍ਹੇ ਖੜਿਆਂ ਨੇ ਪਾਣੀ ਪੀਣਾ ਹੁੰਦਾ ਪੀ ਲੈਂਦੇ ਸੀ, ਨਹੀਂ ਉਸ ਤਰ੍ਹਾਂ ਗੱਲਾਂ ਬਾਤਾਂ ਕਰਨੀਆਂ ਬਹਿ ਕੇ 10 ਮਿੰਟ, ਬਾਹਲਾ ਟਾਈਮ ਨਹੀਂ ਸੀ ਬਹਿੰਦੇ, 10 ਕੁ ਮਿੰਟ 15 ਮਿੰਟ ਬਹਿੰਦੇ ਸੀ। ਕਿਉਂ ਦੂਰੋਂ ਤੁਰੇ ਫਿਰਦੇ ਸੀ, ਬਾਹਰ ਤੁਰਦੇ ਫਿਰਦੇ ਕਰਕੇ ਜਿੰਨਾ ਕੁ ਟਾਈਮ ਲੱਗਦਾ ਸੀ ਉਨਾ ਕੁ ਟਾਈਮ ਸਾਡੇ ਕੋਲ ਜ਼ਰੂਰ ਹੋ ਕੇ ਜਾਂਦੇ ਸੀ। ਹੁਣ ਝੰਡੇ ਚਲਾਏ ਤੋਂ ਬਾਅਦ ਦੇ ਵਿੱਚ ਵੀ ਸਾਡੇ ਕੋਲ ਗਰਮੀਆਂ ਚਾਣ ਕੇ ਫੋਟੋ ਕਰਵਾਈਆਂ, ਕਰਵਾ ਕੇ ਫੋਟੋ। ਪਰਿਵਾਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਜੀ, ਬਠਿੰਡੇ 2 ਘਰ ਬੈਠੇ ਆ, ਆਪਣਿਆਂ 3 ਘਰ ਇੱਥੇ ਆ, ਅਤੇ ਆ ਸਾਡੇ ਚਾਚਾ ਜੀ, ਗਲੀ ਆਪਣੀ ਆ ਸਾਰੀ ਸਾਰੀ, ਅਤੇ ਆਪਣੇ ਲੁਧਿਆਣੇ ਘਰ ਬੈਠੇ ਆ, ਚੰਡੀਗੜ੍ਹ ਬੈਠੇ ਆ, ਬਹੁਤ ਪਰਿਵਾਰ ਆ ਜੀ। ਮਹਾਰਾਜ ਨੇ ਪਤਾ ਨਹੀਂ ਕੀ ਪੜਦਾ ਪਾਉਣਾ ਸੀਗਾ ਜੀ, ਅਤੇ ਜਿਹੜਾ ਇਹ ਕੁਛ ਬਣ ਗਿਆ, ਅਤੇ ਨਹੀਂ ਤਾਂ ਪਰਿਵਾਰ ਵਾਲਾ ਸੀ 10 ਦਾ। ਇਹ 3 ਭਾਈ ਸੀਗੇ, ਉਹ 1 ਬਾਹਰ ਰਹਿੰਦਾ ਇਹਦੇ ਤੋਂ ਛੋਟਾ ਜੀ, ਜਿਹੜਾ ਦੂਜਾ ਉਹ ਵਕੀਲ ਆ ਜੀ। ਨਹੀਂ ਭੈਣ ਹੈ ਨਹੀਂ ਇਹਨਾਂ ਦੀ, ਪਿਤਾ ਜੀ ਇਹਨਾਂ ਦੇ ਗੁਜ਼ਰੇ ਆ ਜੀ। ਹਾਂਜੀ, ਮਾਤਾ ਦਾਦੀ ਜੀ ਹੈ, ਉਹ ਰਹਿੰਦੇ ਲੁਧਿਆਣੇ। ਆਓ ਅਸੀਂ ਮਿਲਾਉਂਦੇ ਹਾਂ ਬਾਬਾ ਜੀ ਨਾਲ ਅਤੇ ਪੁੱਛਦੇ ਇਹਨਾਂ ਦਾ ਕੀ ਰਿਸ਼ਤਾ ਸੀਗਾ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਦੀਪ ਸਿੱਧੂ ਕੀ ਲੱਗਦੇ ਸੀ ਜੀ? ਦੀਪ ਸਿੱਧੂ ਇਸ ਤਰ੍ਹਾਂ ਵੀ ਉਹ ਮੇਰਾ ਤਾਂ ਹਾਣੀ ਸੀਗਾ, ਅਤੇ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ, 1-2 ਸਾਲਾਂ ਦਾ ਹੀ ਸਾਡਾ ਫਰਕ ਸੀਗਾ, ਹਾਣੀ ਸੀ ਸਾਡਾ, ਅਤੇ ਇੱਥੇ ਪਿੱਛੇ ਇਸੇ ਗਲੀ 'ਚ ਸਾਡਾ ਘਰ ਹੈ। ਅਤੇ ਮੈਨੂੰ ਵੀ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਮੈਂ ਤਾਂ ਅਫਸੋਸ ਦੀ ਬਾਬਤ ਆਇਆ, ਠੀਕ ਹੈ। ਅਤੇ ਬਾਕੀ ਉਹ ਇੱਥੋਂ ਛੋਟੀ ਉਮਰ 'ਚ 5 ਸਾਲ ਦੇ ਹੋਣੇ ਮੈਨੂੰ ਲੱਗਦਾ ਜਦੋਂ ਇੱਥੋਂ ਉਹ ਗਿੱਦੜਵਾਹਾ ਚਲੇ ਗਏ ਸੀ।
ਉੱਥੋਂ ਫਿਰ ਉਹ ਬਠਿੰਡੇ ਲੁਧਿਆਣੇ ਗਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਨੇ ਮੁੰਡੇ ਨੇ ਬਹੁਤ ਤਰੱਕੀ ਕੀਤੀ ਆ ਸਾਡਾ ਮਤਲਬ ਪਿੰਡ ਦਾ ਨਾਂ ਦੇਸ਼ ਦਾ ਨਾਂ ਚਮਕਾਇਆ ਵੇਖੋ ਦੂਰ ਤੀਕ ਹੁਣ ਸਵੇਰ ਦੇ ਮੈਨੂੰ ਵੀ ਕਿੰਨੇ ਲੋਕਾਂ ਦੇ ਫੋਨ ਆ ਗਏ ਜਿਹੜੇ ਮੈਨੂੰ ਜਾਣਦੇ ਸੀ ਉਹ ਵੀ ਮੈਨੂੰ ਫੋਨ ਕਰ ਕਰ ਪੁੱਛਦੇ ਆ ਵੀ ਇਹ ਦੀਪ ਸਿੱਧੂ ਦਾ ਮਤਲਬ ਆਪਣੇ ਪਿੰਡ ਦਾ ਸੀ ਵੀ ਮਤਲਬ ਪਹਿਲਾਂ ਇੱਥੇ ਇਸੇ ਘਰ ਦੇ ਵਿੱਚ ਹੀ ਉਹ ਜੰਮਿਆ ਜਾਇਆ ਠੀਕ ਹੈ ਜੀ ਇਹ ਉਹਦੇ ਤਾਏ ਦਾ ਘਰ ਆ ਪਹਿਲਾਂ ਉਹ ਸਾਰੇ ਇੱਥੇ ਜੁਆਇੰਟ ਫੈਮਿਲੀ ਸੀ ਇੱਥੇ ਹੀ ਰਹਿੰਦੇ ਸੀ ਆ ਉਹਦੀ ਗੁੱਡੀ ਤਾਏ ਦੀ ਮਤਲਬ ਗੁੱਡੀ ਆ ਇਹ ਉਹ ਤੋਂ ਛੋਟੀ 5-7 ਸਾਲ ਅਤੇ ਇੱਥੇ ਹੀ ਰਹੇ ਆ ਜਨਮ ਇੱਥੋਂ ਦਾ ਹੋਇਆ ਪਹਿਲਾਂ ਸਾਰਾ ਪਰਿਵਾਰ ਜੁਆਇੰਟ ਸੀ ਇੱਥੇ ਹੀ ਸੀਗੇ ਇੱਥੋਂ ਫਿਰ ਜਿਵੇਂ ਜਿਵੇਂ ਪੜ੍ਹਾਈਆਂ ਹੁੰਦੀਆਂ ਤਰੱਕੀਆਂ ਹੁੰਦੀਆਂ ਉਵੇਂ ਫਿਰ ਹੈ ਨਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਉਹਨਾਂ ਦਾ ਮੈਨੂੰ ਤਾਂ ਇਸ ਤਰ੍ਹਾਂ ਮੈਂ ਕੱਲ੍ਹ ਮੁਕਤਸਰ ਸਾਹਿਬ ਸੀਗਾ ਰਾਤ ਉੱਥੇ ਪ੍ਰੋਗਰਾਮ ਸੀ ਕੋਈ ਅਤੇ ਉੱਥੇ ਰਾਤ ਵੀਡੀਓ ਵੇਖੀ ਸੀ ਮੈਂ ਤਾਂ ਉਹ ਵੀ ਕਿਸੇ ਹੋਰ ਨੇ ਦੇਖੀ ਅਤੇ ਮੈਨੂੰ ਦੱਸਿਆ ਅਤੇ ਮੈਂ ਉਹਨੂੰ ਸਮਾਂ ਦੀ ਇਹੀ ਗੱਲ ਕਹੀ ਸੀ ਮੈਂ ਇਹ ਤਾਂ ਨਾ ਮੈਂ ਤੁਹਾਡੇ ਕੱਲ੍ਹ ਪਰਸੋਂ ਹੀ ਵੇਖੀ ਸੀ ਇੱਕ ਕਈ ਜਾਂਦੇ ਉਹ ਐਕਟਰ ਆ ਹਿੰਦੀ ਐਕਟਰ ਜਿਹੜਾ ਜਤਿੰਦਰ ਅਖੇ ਜੀ ਉਹ ਜਤਿੰਦਰ ਮਰ ਗਿਆ ਫਿਰ ਉਹਦੇ ਆਏ ਆਪਣਾ ਆਹ ਖਬਰਾਂ ਦਿੰਦੇ ਹੁੰਦੇ ਸੀ ਰਮਨ ਕੁਮਾਰ ਅਤੇ ਰਮਨ ਕੁਮਾਰ ਚੱਲ ਮੈਂ ਕਿਹਾ ਇਹ ਤਾਂ ਝੂਠੀਆਂ ਖਬਰਾਂ ਐਵੇਂ ਫੈਲਾਈ ਜਾਂਦੇ ਆ ਅਸਲ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਇਹ ਵੀ ਡਿਸਕਸ ਕੀਤੀ ਮੈਂ ਜਿਹੜੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਫੈਲਾਉਂਦੇ ਆ ਨਾ ਉਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਵੀ ਉਹ ਦੁਬਾਰਾ ਕੋਈ ਇਹੋ ਜਿਹਾ ਕੰਮ ਨਾ ਕਰਨ ਪਰ ਇਹ ਖਬਰ ਤਾਂ ਝੂਠੀ ਨਿਕਲੀ ਨਹੀਂ ਹੈ ਉਹ ਤਾਂ ਕਰਮ ਵਾਲੇ ਜਿਨ੍ਹਾਂ ਦੀਆਂ ਝੂਠੀਆਂ ਖਬਰਾਂ ਨਿਕਲ ਗਈਆਂ ਇਹ ਖਬਰ ਵੀ ਕਾਸ਼ ਕਿਤੇ ਝੂਠੀ ਨਿਕਲ ਜਾਂਦੀ ਪਰ ਨਹੀਂ ਨਿਕਲੀ ਤਾਂ ਪਿੰਡ ਨੂੰ ਸਾਡੇ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਸਾਡੇ ਪਿੰਡ ਦਾ ਤਾਂ ਨੁਹਾਰ ਬਦਲ ਦੇਣੀ ਸੀ ਉਹਨੇ ਜਿਵੇਂ ਹੁਣ ਉਹ ਇੰਨਾ ਪੜ੍ਹਿਆ ਲਿਖਿਆ ਸੀ ਇੰਨੀ ਤਰੱਕੀ ਕੀਤੀ ਸੀ ਉਹ ਤਾਂ ਬਹੁਤ ਬਹੁਤ ਭਾਸ਼ਾਵਾਂ ਹੀ ਬਹੁਤ ਜਾਣਦਾ ਸੀ ਉਹ ਤਾਂ 5-4 ਭਾਸ਼ਾਵਾਂ ਕਿੰਨੇ ਹਰੇਕ ਐਡਵੋਕੇਟ ਸੀਗਾ ਉਹ ਇੰਨਾ ਪੜ੍ਹਿਆ ਲਿਖਿਆ ਸੀਗਾ ਨੌਜਵਾਨ ਸਿਹਤ ਦਾ ਬੜਾ ਖਿਆਲ ਆ ਤਾਂ ਸੋਹਣਾ ਸੁਨੱਖਾ ਬਸ ਉਹ ਨਜ਼ਰ ਹੀ ਲੱਗ ਗਈ ਉਹਨੂੰ ਬਸ ਇਹੀ ਗੱਲ ਅਸੀਂ ਤਾਂ ਕਹਿ ਸਕਦੇ ਸਵੇਰ ਦੇ ਚੈਨਲ ਵਾਲੇ ਬਹੁਤ ਆਈ ਜਾਂਦੇ ਆ ਕੋਈ ਨਾ ਕੋਈ ਪਿੰਡੋਂ ਵੀ ਸਾਰਾ ਪਿੰਡ ਆਈ ਜਾਂਦਾ ਪਹਿਲਾਂ ਤਾਂ ਇੱਥੋਂ ਦਾ ਵਿਚਾਰ ਕਰਦੇ ਸੀਗੇ ਦੱਸਦੇ ਆ ਵੀ ਫਿਰ ਇੱਥੇ ਮਤਲਬ ਉਹਨਾਂ ਦਾ ਫਿਰ ਇਹਨਾਂ ਲਿੰਕ ਬਹੁਤ ਇਕੱਠ ਬਹੁਤ ਹੋ ਜਾਣਾ ਸੀ ਫਿਰ ਉਹ ਉੱਥੇ ਲੁਧਿਆਣੇ ਦਾ ਹੀ ਰੱਖਿਆ ਜਨਮ ਇੱਥੇ ਹੋਇਆ ਜੀ ਉਹਨਾਂ ਦਾ ਇੱਥੇ ਹੋਇਆ ਸੀ ਜੀ ਉਹਨਾਂ ਦਾ ਇੱਥੇ ਛੋਟੇ ਇੱਥੇ ਰਹਿੰਦੇ 5-7 ਸਾਲ ਤੱਕ ਤਾਂ ਇੱਥੇ ਰਹੇ ਆ ਫਿਰ ਗਾਂ ਦੀ ਗਾਂ ਫਿਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਇਹ ਸਿਸਟਰ ਆ ਉਹਨਾਂ ਦੀ ਤਾਏ ਦੀ ਲੜਕੀ ਆ ਇੱਥੇ 5-4 ਸਾਲ ਨਿੱਕੇ ਰਹੇ ਆ ਅਤੇ ਮੁੜ ਕੇ ਕਦੇ ਜਿੱਤੋਂ ਗਿੱਦੜ ਵਿਆਹ ਜਾਂਦੇ ਰਹੇ ਗਿੱਦੜ ਵਿਆਹ ਬਠਿੰਡੇ ਜਾਂਦੇ ਰਹੇ ਬਠਿੰਡੇ ਤੋਂ ਲੁਧਿਆਣੇ ਜਾਂਦੇ ਰਹੇ ਫਿਰ ਉੱਥੇ ਹੀ ਬੀਏ ਬੂਏ ਦੇ ਸਾਰਾ ਕੁਝ ਉੱਥੇ ਵਕਾਲਤ ਉੱਥੇ ਹੀ ਕੀਤੀ ਆ ਸੁਭਾਅ ਕਿੱਦਾਂ ਦਾ ਸੀਗਾ ਜੀ ਉਹਨਾਂ ਦਾ ਚੰਗਾ ਸੀ ਬੱਚੇ ਦਾ ਬਹੁਤ ਹੀ ਚੰਗਾ ਜਨਾਕ ਜੀ ਪਿੰਡ 'ਚ ਕਿੰਨੇ ਕੁ ਵਾਰੀ ਆਉਂਦੇ ਸੀਗੇ ਕਿੰਨਾ ਕਿੰਨਾ ਕੁ ਟਾਈਮ ਬਾਅਦ ਗੇੜਾ ਲਾ ਜਾਂਦੇ ਸੀ ਜਾਂਦੇ 2-4 ਮਹੀਨੇ ਗੇੜਾ ਲੱਗ ਜਾਂਦਾ ਸੀ